ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵਿਤਾ ਦਿੱਤੀ ਚਾਦਰ ਗੁਰੂ ਤੇਗ ਬਹਾਦਰ ਜੀ ਸੁਣਾਉਣ ਦਾ ਯਤਨ ਕਰੂੰਗੀ। ਜ਼ੁਲਮ ਸਿਤਮ ਦਾ ਅੰਤ ਸੀ ਹੋਇਆ, ਹੁਕਮ ਰੱਬ ਦਾ ਖਾਸ ਸੀ ਹੋਇਆ। ਮਾਤਾ ਨਾਨਕੇ ਜੀ ਦੇ ਕੁੱਖੋਂ, ਪਿਤਾ ਹਰਗੋਬਿੰਦ ਜੀ ਦੇ ਘਰ, ਮੇਰੇ ਤੇਗ ਬਹਾਦਰ ਦਾ ਪ੍ਰਕਾਸ਼ ਸੀ ਹੋਇਆ। ਦਾਦਾ ਜਿਸ ਤੇ ਅਰਜਨ ਸਾਹਿਬ, ਦਾਦੀ ਮਾਤਾ ਗੰਗਾ, ਉਸ ਬੱਚੇ ਨੂੰ ਡਰ ਸੀ ਕਿਸਤਾ, ਜ਼ੁਲਮ ਅੱਗੇ ਘਰ ਬੰਨ ਖਲੋਂਗੇ। ਹਿੰਦ ਦੀ ਚਾਦਰ ਪਿਤਾ ਮੇਰੇ ਨੇ, ਜਿਸਨੇ ਸਭ ਨੂੰ ਇਹ ਸਮਝਾਇਆ, ਪਹਿਲਾਂ ਮਨ ਕਬੂਲ, ਸਿੱਖੀ ਦੇ ਰਾਹ 'ਤੇ ਚੱਲਣ ਤੋਂ ਪਹਿਲਾਂ ਮਨ ਕਬੂਲ ਕਰਨਾ ਸਿੱਖੋ। ਇਹਨਾਂ ਸਿੱਖਾਂ ਨੂੰ ਪੱਕਾ ਕਰਵਾਇਆ, ਮੱਖਣ ਸ਼ਾਹ ਨੂੰ ਬਾਣਾ ਸੀ ਜਦ ਸਮੁੰਦਰ ਵਿੱਚ ਆਉਂਦਾ, ਤੂਫਾਨ ਜਦ ਰਸਤੇ ਵਿੱਚ ਆਇਆ, ਦੇਖ ਕੇ ਆਪਣਾ ਜਲ ਡੁੱਬਦਾ, ਮੱਖਣ ਸ਼ਾਹ ਦੇ ਸਰੀਰ ਕਬਾਇਆ। ਕਹਿੰਦਾ ਗੁਰੂ ਨੂੰ ਜਦ ਕਲਵੋ ਜੀ, ਸਾਡੀ ਰੱਖਿਆ ਕਰਕੇ ਦਿਖਾਏ। ਗੁਰੂ ਨੇ ਉਸ 'ਤੇ ਕਿਰਪਾ ਕੀਤੀ, ਜੀਵਨ 'ਤੇ ਜਾਂ ਜਿਸਤਾ ਬਚਾਇਆ। ਦਰਸ਼ਨ ਕਰਨ ਲਈ ਨੌਵੇਂ ਗੁਰੂ ਦੇ ਮੱਖਣ ਸ਼ਾਹ ਬਕਾਲੇ ਆਏ, ਸੱਚਾ ਗੁਰਲਾਦੋ ਗੁਰਲਾਦੋ ਕਹਿ ਕੇ ਚਲਾਇਆ। ਹਿੰਦ ਦੀ ਚਾਦਰ ਪਿਤਾ ਮੇਰੇ ਨੇ, ਜਿਸਨੇ ਸਭ ਨੂੰ ਇਹ ਸਮਝਾਇਆ, ਗੁਰੂ ਸਦਾ ਅੰਗ ਸੰਗ ਸਹਾਈ, ਮੈਂ ਪਿਤਾ ਤੋਂ ਵਾਰੀ ਜਾਵਾਂ, ਜਿਸਨੇ ਸਾਨੂੰ ਬਣਾਇਆ, ਸਰਬੱਤ ਦਾ ਭਲਾ ਅਸੀਂ ਮੰਗਦੇ, ਇਹ ਮੇਰੇ ਗੁਰ ਨੇ ਕਰ ਦਿਖਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।